पार करो जाली बंदे पार करो फ्रेंड्स लैंडमैन जिंदाबाद 21 भर्ती पूरी करो जवार दे जा मार दे जवार दे या मार दे जवार दे जा मार दे जवार दे या मार दे साडा इक्का जिंदाबाद चाड़ूवाली सरकार इक्कीस भर्ती पूरी करो अदर स्टेट बंद करो साडा इक्का जिंदाबाद झाड़ू वाली सरकार मुर्दाबाद भगवंत मान की सरकार मुर्दाबाद झाड़ू वाली सरकार ਸਾਡਾ ਧਰਨਾ ਹੁਣ ਦਿੱਤਾ ਕਿ ਕਿੰਨੀ ਦੇਰ ਲਈ ਹੈ ਕੀ ਮੰਗਾ ਕਰੋ ਤੁਸੀਂ ਅੱਜ ਸਾਡਾ ਤੀਜਾ ਦਿਨ ਹੈ ਧਰਨੇ ਦਾ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਉਹਨਾਂ ਦੀ ਜੁਆਇਨ ਕਰਾਇਆ ਜਾਵੇ ਪਰ ਸਰਕਾਰ ਇਹ ਤੋਂ ਨਾ ਕਰਦੀ ਹੈ ਸਾਨੂੰ ਜੁਆਇਨ ਕਰਾਉਣ ਨੂੰ ਤ
देखो जी सरकार नू पता मैनेजमेंट नू पता भी क्यों नहीं सानू ज्वाइन कराउंदे अदर स्टेट नू पहल देंदे ने पंजाब दे नौजवान बेरोजगार सड़कां ते रुलदे ने सरकार ने वादा कीता सीगा भी सानू बाहर जाण दी लोड़ नहीं डिग्री मुकाबले इत्थे ही नौकरी मिलू साडी डिग्री भी कंप्लीट आ पेपर भी क्लीयर आ मैट दे विच भी आउने आ फिर भी सानू सरकार रखण नू तैयार नहीं इहदा मतलब सरकार झूठ मारदी सी ਤੁਸੀਂ ਜਿਹੜਾ ਟੈਸਟ ਕਲੀਅਰ ਕਰਨਾ ਸੀ ਕਰ ਚੁੱਕੇ ਹੋ ਟੈਸਟ ਅਸੀਂ ਕਲੀਅਰ ਕਰ ਚੁੱਕੇ ਹਾਂ ਜੀ ਅਸੀਂ ਮੈਟ ਦੇ ਵਿੱਚ ਵੀ ਆਉਂਦੇ ਹਾਂ ਅੱਛਾ ਅਸੀਂ ਚਾਹੁੰਦੇ ਹਾਂ ਸਾਨੂੰ ਬਣਦੀ ਮੈਰਿਟ ਮੁਕਾਬਲੇ ਰੱਖਿਆ ਜਾਵੇ ਇਹ ਕੋਈ ਮੈਨੇਜਮੈਂਟ ਨਾਲ ਜਾਂ CMD ਨਾਲ ਕੋਈ ਮੀਟਿੰਗ ਹੋਈ ਮੈਨੇਜਮੈਂਟ ਜੀ ਨਾਲ ਗੱਲਬਾਤ ਹੋਈ ਕੋਈ ਖਾਸ ਉਹਦਾ ਛਿੱਟਾ ਨਹੀਂ ਨਿਕਲਿਆ ਉਹ ਕਹਿੰਦੇ ਅੱਗੇ ਸਰਕਾਰ ਨੂੰ ਭੇਜਾਂਗੇ ਵੀ ਉਹ ਕੀ ਕਹਿੰਦੀ ਆ ਤੇ ਬਿਜਲੀ ਮੰਤਰੀ ਦਾ ਕੋਈ ਬਿਜਲੀ ਮੰਤਰੀ ਸਰਕਾਰ ਦੇ ਹਰ ਕੈਬਨਿਟ ਮੰਤਰੀ ਨਾਲ ਸਾਡੀ ਗੱਲਬਾਤ ਹੋ ਚੁੱਕੀ ਬਕਾਇਦਾ ਉਹਨਾਂ ਨੂੰ ਲੈਟਰ ਵੀ ਦੇ ਚੁੱਕੇ ਉਹ ਲੈਟਰ ਦੇ ਵਿੱਚ ਜੈਸ ਵੀ ਕਰ ਚੁੱਕੇ ਵੀ ਤੁਹਾਡੀ ਗੱਲ ਜਾਇਜ਼ ਆ ਇਹ ਹੁਣ ਤੁਸੀਂ ਪੱਕਾ ਧਰਨਾ ਲਾਇਆ ਕਦੋਂ ਤੱਕ ਹੈ ਕੀ ਇਹ ਅੱਜ ਸਾਡਾ ਤੀਜਾ ਦਿਨ ਹੈ ਜੀ ਜਦੋਂ ਤੱਕ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਲਗਾਤਾਰ ਧਰਨੇ ਦੇ ਵਿੱਚ
ਜਿਵੇਂ ਇੱਕ ਸਾਈਡ ਬੰਦ ਕੀਤੀ ਆ ਤੁਸੀਂ? ਦੇਖੋ ਅਸੀਂ ਨਹੀਂ ਚਾਹੁੰਦੇ ਵੀ ਮਤਲਬ ਕਿ ਪਟਿਆਲੇ ਦੇ ਸ਼ਹਿਰ ਨਿਵਾਸੀ ਪਰੇਸ਼ਾਨ ਹੋਣ, ਦੂਜੀ ਸੜਕ ਜਾਮ ਕਰਦੇ ਸਾਨੂੰ ਕੋਈ ਟਾਈਮ ਨਹੀਂ ਲੱਗਦਾ, ਪਰ ਸਾਡਾ ਜਿਹੜਾ ਰੋਸ ਆ ਉਹ ਸਰਕਾਰ ਪ੍ਰਤੀ ਅਤੇ ਮੈਨੇਜਮੈਂਟ ਪ੍ਰਤੀ। ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਰੋਕਣ ਦੀ ਕੋਈ ਕੋਸ਼ਿਸ਼ ਕੀਤੀ? ਰੋਕਣ ਦੀ ਸਾਨੂੰ ਦੇਖ ਜੀ ਰੋਜ਼ ਧਮਕੀਆਂ ਮਿਲਦੀਆਂ ਨੇ ਸਰਕਾਰਾਂ ਵੱਲੋਂ ਵੀ ਤੁਸੀਂ ਧਰਨਾ ਚੱਕ ਲਓ ਨਹੀਂ ਅਸੀਂ ਚੁਕਾ ਦਾਂਗੇ। ਜਿਹੜੀ ਸਰਕਾਰ ਕਹਿੰਦੀ ਸੀ ਸਾਡੇ ਹੁੰਦੇ ਧਰਨਾ ਨਹੀਂ ਲੱਗੂਗਾ, ਅਸੀਂ ਤੁਹਾਨੂੰ ਰੁਜ਼ਗਾਰ ਦੇਵਾਂਗੇ, ਉਹ ਅੱਜ ਆਪਦੇ ਵਾਅਦਿਆਂ ਤੋਂ ਕਿਤੇ ਨਾ ਕਿਤੇ ਮੁੱਕਰਦੀ ਨਜ਼ਰ ਆਉਂਦੀ। ਅਤੇ ਹੁਣ ਭਗਵੰਤ ਮਾਨ ਸਰਕਾਰ ਨੂੰ ਤੁਸੀਂ ਚੁਣਿਆ ਸੀ, ਇਹਨਾਂ ਨੇ ਕਿਹਾ ਸੀ ਅਸੀਂ ਨੌਕਰੀਆਂ ਦੇਵਾਂਗੇ, ਅਤੇ ਕੀ ਸਹੀ? ਅਸੀਂ ਚਾਹੁੰਦੇ ਸੀਗੇ ਵੀ ਅਸੀਂ ਆਪਣੀ ਹੋਈ ਚੁਣੀ ਨਾ ਸੀ ਵੀ ਰੁਜ਼ਗਾਰ ਪ੍ਰਤੀ ਸਾਨੂੰ ਧਰਨਾ ਦੇਣਾ ਪਏ। ਅਤੇ ਹੁਣ ਕਦੋਂ ਤੱਕ ਜਾਰੀ ਰਹੇਗਾ ਧਰਨਾ? ਜਦੋਂ ਤੱਕ ਸਾਡਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਸਾਡਾ ਧਰਨਾ ਜਾਰੀ। ਜੇ ਕੋਈ ਜੇ ਤੁਹਾਡੇ ਵੱਲੋਂ ਤੁਹਾਡਾ ਧਰਨਾ ਚੁਕਾਇਆ ਜਾਂਦਾ ਪੁਲਿਸ ਵੱਲੋਂ ਜ਼ਬਰਦਸਤੀ ਜਾਂ ਕੀ ਅੱਗੇ? ਇਹਦੇ ਲਈ ਫਿਰ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਪਰਿਵਾਰਾਂ ਦੇ ਬੱਚਿਆਂ ਸਮੇਤ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਨੂੰ ਸਿਰਫ ਸੱਦਾ ਦੇਣ ਦੀ ਲੋੜ ਆ, ਅਸੀਂ ਹਾਜ਼ਰ ਹਾਂ ਤੁਹਾਡੇ। ਅਤੇ ਹੁਣ ਕਿੱਥੋਂ ਕਿੱਥੋਂ ਆਏ ਆ ਤੁਹਾਡੇ ਮੈਂਬਰ? ਪੂਰੇ ਪੰਜਾਬ ਦੇ ਕੋਨੇ 'ਚੋਂ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਸਾਥੀ ਆਏ। ਅਮਨ ਕੰਬੋਜ ਜੀ, ਕਿਹੜੀ ਯੂਨੀਅਨ? ਪੰਜਾਬ। ਅਤੇ ਕਿੱਥੇ ਧਰਨੇ 'ਤੇ ਬੈਠੇ ਹੋ, ਕਦੋਂ ਤੋਂ ਬੈਠੇ ਹੋ, ਕਦੋਂ ਤੋਂ ਬੈਠੇ? ਇਹ ਸਰ ਅਸੀਂ ਬਿਜਲੀ ਬੋਰਡ ਦੇ ਖਿਲਾਫ਼ ਬੈਠੇ ਹਾਂ, ਜੋ ਇਹਨਾਂ ਨੇ 2100 ਸਾਈਕਲਾਂ ਨੂੰ ਇਹਨਾਂ ਦੀਆਂ ਭਰਤੀਆਂ ਕੱਢੀਆਂ ਸੀ, ਅਤੇ ਜਿਨ੍ਹਾਂ ਵਿੱਚ ਇਹਨਾਂ ਨੇ 1300 ਅਤੇ 60 ਦੇ ਕਰੀਬ ਇਹਨਾਂ ਨੇ ਜੁਆਇਨਿੰਗ ਲੈਟਰ ਦਿੱਤੇ ਆ ਬੱਚਿਆਂ ਨੂੰ, ਅਤੇ ਅਸੀਂ ਉਹਨਾਂ 'ਚ ਅਪੀਅਰਿੰਗ ਦੀ ਆਪਸ਼ਨ 'ਚ ਫਾਰਮ ਭਰਿਆ ਸੀ, ਅਸੀਂ ਪੇਪਰ ਦਿੱਤਾ ਸੀ 2 ਨਵੰਬਰ ਨੂੰ, ਜਿੱਦਾਂ 'ਚ ਸਾਡੇ ਬੱਚੇ ਨੇ ਪੂਰੇ ਮੈਰਿਟ ਦੇ ਵਿੱਚ ਆਏ ਨੇ, ਚੰਗੇ ਨੰਬਰਾਂ ਨਾਲ ਪਾਸ ਕੀਤਾ ਆ, ਫਿਰ ਵੀ ਇਹਨਾਂ ਨੇ ਸਾਨੂੰ ਮਾਂਝਾ ਰੱਖਿਆ, ਸਾਡੇ ਪ੍ਰੋਪਰ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਆ, ਫਿਰ ਵੀ ਇਹਨਾਂ ਨੇ ਸਾਨੂੰ ਉਸ ਨੌਕਰੀ ਦੇ ਖਿਲਾਫ਼ ਸਾਨੂੰ ਮਾਂਝਾ ਰੱਖਿਆ ਆ, ਅਤੇ ਅਸੀਂ ਇਸ ਮੈਨੇਜਮੈਂਟ ਅਤੇ ਸਰਕਾਰ ਦੇ ਵਿਰੁੱਧ ਇਸ ਧਰਨੇ ਨੂੰ ਲੈ ਕੇ ਬੈਠੇ ਹਾਂ। ਜੇ ਅਗਰ ਸਾਡੀ ਸਰਕਾਰ ਔਰ ਇਹ ਮੈਨੇਜਮੈਂਟ ਨਹੀਂ ਮੰਨੇਗੀ, ਅਸੀਂ ਪਰਿਵਾਰਾਂ ਸਮੇਤ ਇੱਥੇ ਧਰਨਾ ਲਾਵਾਂਗੇ, ਹੋਰ ਵੀ ਕੇਸ ਸੰਘਰਸ਼। ਹੁਣ ਸਰਕਾਰ ਤੋਂ ਕੀ ਮੰਗ ਕਰਦੇ ਭਗਵੰਤ ਮਾਨ? ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਤੇ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ। ਹਾਂਜੀ ਮੈਡਮ, ਤੁਹਾਡਾ ਸ਼ੁਭ ਨਾਮ ਜੀ, ਕਿੱਥੋਂ ਆਏ? ਗਗਨਦੀਪ ਕੌਰ। ਕਿੱਥੋਂ ਆਏ ਜੀ? ਅਸੀਂ ਜਲਾਲਾਬਾਦ ਤੋਂ ਜੀ। ਅੱਛਾ, ਇੱਥੇ ਤੁਸੀਂ ਬਿਜਲੀ ਬੋਰਡ ਅੱਗੇ ਪਟਿਆਲਾ ਵਿਖੇ ਧਰਨੇ 'ਤੇ ਬੈਠੇ ਹੋ, ਕੀ ਮੰਗਾਂ ਤੁਹਾਡੀਆਂ? ਸਾਡੀ ਆਹੀ ਮੰਗ ਹੈ ਜੀ, ਜੋ 1300 ਪੋਸਟਾਂ ਵਿੱਚ 1300 ਵਿੱਚ ਰੱਖੇ ਗਏ ਆ, ਜਿਹੜੀਆਂ ਪੋਸਟਾਂ ਬਾਕੀ ਬਾਕੀ ਉਹਨਾਂ ਨੂੰ ਸਾਨੂੰ ਦਿੱਤਾ ਗਿਆ, ਜੋ ਜੋ ਸਰਕਾਰ ਨੇ ਵਾਅਦੇ ਕੀਤੇ ਆ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਸਾਨੂੰ ਜੋ ਦਿੱਕਤ ਆ ਰਹੀ ਹੈ ਸਿਰਫ ਉਹਨਾਂ ਦੀਆਂ ਨਾ, ਜੋ ਮਤਲਬ ਕਹਿ ਰਹੇ ਹਾਂ ਮੰਗਾਂ ਨੇ ਉਹ ਸਾਡੀਆਂ ਪੂਰੀਆਂ ਨਹੀਂ ਕਰ ਰਹੇ, ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਨਹੀਂ ਤਾਂ ਅਸੀਂ ਮੁੰਡਿਆਂ ਦੇ ਬਰਾਬਰ ਇੱਕਜੁੱਟ ਹੋ ਕੇ ਇਹ ਸੰਘਰਸ਼ ਲੜਾਂਗੇ ਹਾਂ ਅਤੇ ਬਰਾਬਰ ਇੱਥੇ ਬੈਠਾਂਗੇ ਹਾਂ। ਅਤੇ ਤੁਹਾਡਾ ਧਰਨਾ ਹੈ ਕਿ ਕਦੋਂ ਕਦੋਂ ਚੱਲ ਰਿਹਾ, ਦਿਨ ਰਾਤ ਦਾ ਕਿਸ ਤਰ੍ਹਾਂ? ਹਾਂਜੀ, ਦਿਨ ਰਾਤ ਦਾ ਧਰਨਾ ਚੱਲ ਰਿਹਾ। ਅਤੇ ਤੁਸੀਂ ਨਾਲ ਡਟ ਕੇ ਬੈਠੇ ਹੋ ਮੁੰਡਿਆਂ ਦੇ? ਲੜਕੀਆਂ ਦੇ ਬਰਾਬਰ ਦੇ ਨਾਲ ਇੱਥੇ ਡਟ ਕੇ ਮੁਕਾਬਲਾ ਕਰ ਰਹੇ ਹਾਂ। ਹਾਂਜੀ ਮੈਡਮ, ਤੁਸੀਂ ਭਗਵੰਤ ਮਾਨ ਆਮ ਆਦਮੀ ਦੀ ਸਰਕਾਰ ਬਣਾਈ ਹੈ ਵੀ ਨੌਕਰੀਆਂ ਦੇਗੀ, ਕੀ ਕਹਿਣਾ ਇਸ ਬਾਰੇ? ਕਿਵੇਂ ਦੀ ਲੱਗੀ? ਜੋ ਸਾਡੇ ਨਾਲ ਵਾਅਦੇ ਕੀਤੇ ਸੀ ਕਿ 1000 ਰੁਪਏ ਹਰੇਕ ਲੇਡੀ ਦੇ ਖਾਤੇ ਵਿੱਚ ਆਉਣਗੇ, ਉਹਨਾਂ ਤੋਂ ਤਾਂ ਉਹ ਮੁੱਕਰ ਗਈ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਨੌਕਰੀ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੇ ਪੈਰਾਂ ਉੱਪਰ ਖੜ੍ਹੇ ਹੋ ਸਕੀਏ ਅਤੇ ਆਪਣੀ ਰੋਟੀ ਕਮਾ ਕੇ ਖਾ ਸਕੀਏ। ਮੇਰਾ ਨਾਮ ਨਿਸ਼ਾ ਰਾਣੀ ਜੀ, ਕਿੱਥੋਂ ਆਏ? ਅਸੀਂ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਅਸੀਂ 2100 ਪੋਸਟਾਂ ਵਿੱਚ ਜੋ ਸਰਕਾਰ ਨੇ ਪੋਸਟਾਂ ਕੱਢੀਆਂ ਸੀ ਉਹਦੇ ਵਿੱਚ ਸਾਨੂੰ ਨਾ ਤਾਂ ਸਾਰੀਆਂ ਸ਼ਰਤਾਂ ਮੰਨਦੇ ਹੋਏ ਅਸੀਂ ਟੈਸਟ ਵੀ ਪਾਸ ਕੀਤਾ, ਚੰਗੇ ਨੰਬਰ ਲੈ ਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਬਹੁਤ 3 ਦਿਨ ਹੋ ਗਏ ਨੇ ਭੁੱਖੜ ਤਲ 'ਤੇ ਬੈਠੇ ਹੋਏ ਹਾਂ, ਧਰਨਾ ਲਗਾਇਆ ਹੋਇਆ ਅਤੇ ਸਾਡੀ ਕੋਈ ਵੀ ਮੰਗ ਸੁਣਵਾਈ ਨਹੀਂ ਹੋ ਰਹੀ। ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ? ਅਸੀਂ ਇਹੀ ਕਰਦੇ ਹਾਂ ਵੀ ਸਾਨੂੰ ਜਲਦੀ ਤੋਂ ਜਲਦੀ ਸਾਨੂੰ ਨੌਕਰੀ